sale, tu de cu channel news time ki aapke sare khas peshkash queens of bollywood aaj ka karenge super hit film abhinetri shridevi abhinetri shridevi ka janam 13/8/1963 ko tamil nadu mein hua 4 saal ki umar mein hi unhone apna acting ka career shuru kar diya dakkan bharat ki filmon mein jivein ki tamil telugu malayalam kannada filmon mein unhone apni kaam ki shuruaat ki thi ਉਸ ਤੋਂ ਬਾਅਦ ਉਹਨਾਂ ਨੇ 9 ਸਾਲ ਦੀ ਉਮਰ ਵਿੱਚ ਹਿੰਦੀ ਫਿਲਮ ਬਣਾਉਣ ਦੇ ਨਾਮ ਵਿੱਚ ਕੰਮ ਕੀਤਾ ਸ਼੍ਰੀਦੇਵੀ ਇਜ਼ ਰਿਗਾਰਡਡ ਐਜ਼ ਦ ਫਰਸਟ ਸੁਪਰਸਟਾਰ ਆਫ ਇੰਡੀਅਨ ਸਿਨੇਮਾ ਸ਼੍ਰੀਦੇਵੀ ਦੀ ਜੋੜੀ ਸਭ ਤੋਂ ਪਹਿਲਾਂ ਬਣੀ ਮਹਾਨਾਇਕ ਜਿੰਦਰ ਬਿਹਾਰ ਉਹਨਾਂ ਨੇ ਪਹਿਲੀ ਫਿਲਮ ਕੀਤੀ ਹਿੰਮਤ ਵਾਲਾ ਹਿੰਮਤ ਵਾਲਾ ਤੋਂ ਬਾਅਦ ਆਈ ਹਿੰਦੀ ਫਿਲਮ ਮਵਾਲੀ ਮਜ਼ਾਕ ਔਲਾਦ ਸੁਹਾਗਣ ਇਹ ਸਾਰੀ ਫਿਲਮਾਂ ਨੇ ਬਾਕਸ ਆਫਿਸ 'ਤੇ ਧਮਾਕਾ ਮਚਾ ਦਿੱਤਾ ਅਤੇ ਉਸ ਵੇਲੇ ਲਵ ਟ੍ਰਾਇੰਗਲ ਦਾ ਇੱਕ ਯੁੱਗ ਚੱਲ ਪਿਆ ਅਤੇ ਹਰ ਫਿਲਮ ਵਿੱਚ ਤਕਰੀਬਨ ਜਤਿੰਦਰ ਸ਼੍ਰੀਦੇਵੀ ਅਤੇ ਜਿਆਵਾ ਦਾ ਵੇਖਣ ਨੂੰ ਮਿਲਦੇ ਸੀ ਸ਼੍ਰੀਦੇਵੀ ਲੋਕੀ ਪਹਿਲੀ ਫਿਲਮ ਸੀ ਜਿਹਨਾਂ ਨੂੰ ਸਭ ਤੋਂ ਵੱਧ ਆਮਦਨ ਸੀ ਅਤੇ ਉਹ ਇੱਕ ਫਿਲਮ ਦੀ 9 ਤੋਂ 10 ਕਰੋੜ ਰੁਪਏ ਮਿਲਦੀ ਸੀ ਸ਼੍ਰੀਦੇਵੀ ਨੇ ਕੁਝ ਖਾਸ ਫਿਲਮਾਂ ਵਿੱਚੋਂ ਤੋਹਫ਼ਾ ਨਵਾਂ ਕਦਮ ਮਕਸਦ ਮਾਸਟਰ ਜੀ ਕਰਮਾ ਨਜ਼ਰਾਨਾ ਅਤੇ ਮਿਸਟਰ ਇੰਡੀਆ ਫਿਲਮ ਚਾਨਣ ਤੋਂ ਉਹਨਾਂ ਨੇ ਯਸ਼ ਚੋਪੜਾ ਫਿਲਮ 'ਚ ਪ੍ਰਵੇਸ਼ ਕੀਤਾ ਅਤੇ ਉਸ ਫਿਲਮ ਨੇ ਬਾਕਸ ਆਫਿਸ 'ਤੇ ਧੂਮ ਮਚਾ ਦਿੱਤੀ ਮੇਰੇ ਹੱਥੋਂ ਵੀ ਨੌਜਵਾਨ ਚੋਰੀਆਂ ਹੈ ਉਹ ਗਾਣਾ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਸੁਣਨ ਨੂੰ ਮਿਲਦਾ ਹੈ ਆਪਣੇ ਐਕਟਿੰਗ ਸਫ਼ਰ ਦੇ ਦੌਰਾਨ ਉਹਨਾਂ ਨੂੰ ਕਈ ਅਵਾਰਡਸ ਮਿਲੇ ਜਿਨ੍ਹਾਂ ਵਿੱਚੋਂ ਨੈਸ਼ਨਲ ਅਵਾਰਡ ਫਿਲਮਫੇਅਰ ਅਵਾਰਡ ਅਤੇ ਹੋਰ ਕਈ ਰੀਜਨਲ ਅਵਾਰਡ ਵੀ ਸ਼ਾਮਿਲ ਹੈ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਸ਼੍ਰੀਦੇਵੀ ਅਜਿਹੀ ਅਦਾਕਾਰਾ ਸੀ ਜੇ ਉਹ ਕਿਸੇ ਐਕਟਰ ਦੇ ਨਾਲ ਕੰਮ ਕਰ ਲੈਂਦੀ ਤਾਂ ਉਹਨਾਂ ਨੂੰ ਇਸ ਗੱਲ ਦਾ ਡਰ ਲੱਗਣ ਲੱਗ ਜਾਂਦਾ ਕਿ ਸ਼ਾਇਦ ਸਾਡਾ ਰੋਲ ਨਾ ਕੱਟ ਜਾਵੇ ਸ਼੍ਰੀਦੇਵੀ ਨੇ ਮੈਕਸੀਮਮ ਫਿਲਮਾਂ ਵਿੱਚ ਡਬਲ ਰੋਲ ਦੀ ਪੂਰੀ ਕਰਨੀ ਪਈ ਸ਼੍ਰੀਦੇਵੀ ਦੀ ਫਿਲਮ 4 ਵਾਰ ਇੱਕ ਅਜਿਹੀ ਫਿਲਮ ਸੀ ਜਿਸ ਵਿੱਚ ਉਹਨਾਂ ਨੇ ਐਕਟਰ ਸਨੀ ਦਿਓਲ ਦੇ ਨਾਲ ਕੰਮ ਕੀਤਾ ਅਤੇ ਉਸ ਤੋਂ ਬਾਅਦ ਫਿਲਮ ਰਾਹੀਂ ਦੇ ਵਿੱਚ ਵੀ ਉਹ ਸਨੀ ਦਿਓਲ ਦੇ ਨਾਲ ਨਜ਼ਰ ਆਈ ਪਰ ਉਸ ਤੋਂ ਬਾਅਦ ਸਨੀ ਦਿਓਲ ਨੇ ਇਹ ਕਹਿ ਕੇ ਉਹਨਾਂ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਕਿ ਜਿਸ ਐਕਟਰ ਨਾਲ ਵੀ ਸ਼੍ਰੀਦੇਵੀ ਕੰਮ ਕਰਦੀ ਹੈ ਉਹ ਉਹਨਾਂ ਨੂੰ ਖਾ ਜਾਂਦੀ ਹੈ ਉਸ ਤੋਂ ਬਾਅਦ ਸਨੀ ਦਿਓਲ ਕਿਸੇ ਫਿਲਮ ਵਿੱਚ ਵੀ ਸ਼੍ਰੀਦੇਵੀ ਨਾਲ ਨਜ਼ਰ ਨਹੀਂ ਆਈ ਸ਼੍ਰੀਦੇਵੀ ਅਜਿਹੀ ਹੀਰੋਇਨ ਸੀ ਜਿਨ੍ਹਾਂ ਨੇ ਉਸ ਸਮੇਂ ਲਈ ਨਹੀਂ ਬਲਕਿ ਹੁਣ ਦੇ ਸੁਪਰ ਸਟਾਰਸ ਨਾਲ ਕੰਮ ਕੀਤਾ ਉਹਨਾਂ ਨੇ ਅਕਸ਼ੇ ਕੁਮਾਰ ਸ਼ਾਹਰੁਖ ਖਾਨ ਸਲਮਾਨ ਖਾਨ ਦੇ ਨਾਲ ਕਈ ਫਿਲਮਾਂ ਕੀਤੀਆਂ ਫਿਲਮ ਖੁਦਾ ਗਵਾਹ ਵਿੱਚ ਸ਼੍ਰੀਦੇਵੀ ਦਾ ਡਬਲ ਰੋਲ ਸੀ ਅਤੇ ਉਹਨਾਂ ਦੇ ਅਪੋਜ਼ਿਟ ਅਮਿਤਾਭ ਬੱਚਨ ਸੀ ਉਸ ਫਿਲਮ ਤੋਂ ਬਾਅਦ ਹਰੇਕ ਲੋਕਾਂ ਦੀ ਜਵਾਨ ਤੇ ਇਹ ਚੜ ਗਿਆ ਕਿ ਸ਼੍ਰੀਦੇਵੀ ਲੇਡੀ ਅਮਿਤਾਭ ਬੱਚਨ ਹੈ ਕਿਉਂਕਿ ਉਸ ਫਿਲਮ ਵਿੱਚ ਸ਼੍ਰੀਦੇਵੀ ਦੇ ਰੋਲ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਫਿਲਮ ਆਖਰੀ ਰਾਸਤਾ ਵਿੱਚ ਵੀ ਸ਼੍ਰੀਦੇਵੀ ਦੇ ਅਮਿਤਾਭ ਬੱਚਨ ਨੂੰ ਕੱਟ ਦੇਖਿਆ ਗਿਆ 1997 ਵਿੱਚ ਆਈ ਫਿਲਮ ਜੁਦਾਈ ਸ਼੍ਰੀਦੇਵੀ ਦੀ ਆਖਰੀ ਫਿਲਮ ਸੀ ਜਿਸ ਵਿੱਚ ਸ਼੍ਰੀਦੇਵੀ ਨੇ ਕੰਮ ਕੀਤਾ ਅਤੇ ਉਸ ਤੋਂ ਬਾਅਦ ਉਸਨੇ ਬੋਨੀ ਕਪੂਰ ਦੇ ਨਾਲ ਵਿਆਹ ਕਰ ਪਰ ਫਿਲਮਾਂ ਵਿੱਚ ਉਹਨਾਂ ਦੀ ਕਮੀ ਦਰਸ਼ਕਾਂ ਨੂੰ ਮਹਿਸੂਸ ਹੋਈ ਅਤੇ ਉਸ ਤੋਂ ਬਾਅਦ ਸੰਨ 2003 ਵਿੱਚ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਈ ਫਿਲਮ ਮੇਰੀ ਬੀਵੀ ਕਾ ਜਵਾਬ ਇਹ ਫਿਲਮ ਇੱਕ ਬਾਕਸ ਆਫਿਸ 'ਤੇ ਸੁਪਰ ਡੁਪਰ ਹਿੱਟ ਸਾਬਤ ਹੋਈ ਇਸੇ ਦੌਰਾਨ ਉਹਨਾਂ ਨੇ ਸਹਾਰਾ ਟੀਮ ਲੈ ਲਈ ਮਿਸਿਸ ਮਾਰਨੀ ਲੇਗਰ ਨਾਮ ਦਾ ਇੱਕ ਸੀਰੀਅਲ ਕੀਤਾ ਜੋ ਕਿ ਲਗਾਤਾਰ 1.5 ਸਾਲ ਤੱਕ ਸਫਲਤਾਪੂਰਵਕ ਸਹਾਰਾ ਟੀਮ ਚੱਲ ਰਿਹਾ ਹਿੰਦੀ ਨੇ ਆਪਣੀ ਵਾਪਸੀ ਫਿਲਮਾਂ ਵਿੱਚ ਫਿਰ ਤੋਂ ਕੀਤੀ ਅਤੇ ਉਹ ਨਜ਼ਰ ਆਈ ਦੱਖਣ ਭਾਰਤੀ ਫਿਲਮ ਪੁੰਨੀ ਵਿੱਚ ਉਸ ਤੋਂ ਬਾਅਦ ਇੰਗਲਿਸ਼ ਇੰਗਲਿਸ਼ ਅਤੇ ਮਾਂ ਵਰਗੀਆਂ ਫਿਲਮਾਂ ਉਹਨੇ ਕੀਤੀਆਂ ਮਾਂ ਫਿਲਮ ਲਈ ਉਹਨਾਂ ਨੂੰ ਬੈਸਟ ਐਕਟਰਸ ਦਾ ਅਵਾਰਡ ਮਿਲੇ ਪਰ ਉਸ ਵਕਤ ਸ਼੍ਰੀਦੇਵੀ ਇਸ ਦੁਨੀਆਂ ਵਿੱਚ ਨਹੀਂ ਸੀ ਸ਼੍ਰੀਦੇਵੀ ਦੀ ਆਖਰੀ ਇੱਛਾ ਸੀ ਕਿ ਉਹਨਾਂ ਨੂੰ ਸਫੇਦ ਕੱਪੜਿਆਂ ਵਿੱਚ ਹੀ ਸੰਸਕਾਰ ਕੀਤਾ ਜਾਵੇ ਅਤੇ ਸਫੇਦ ਰੰਗ ਦੇ ਫੁੱਲ ਉਹਨਾਂ ਦੇ ਆਸ ਪਾਸ ਹੋਣ ਪੂਰੇ ਰਾਜਸੀ ਸਨਮਾਨ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ ਸ਼੍ਰੀਦੇਵੀ ਆਖਰੀ ਵਾਰ ਨਜ਼ਰ ਆਈ ਸ਼ਾਹਰੁਖ ਖਾਨ ਦੀ ਫਿਲਮ ਜ਼ੀਰੋ ਵਿੱਚ ਜਿਹਨਾਂ ਵਿੱਚ ਉਹਨਾਂ ਦਾ ਸਪੈਸ਼ਲ ਅਪੀਰੈਂਸ ਸੀ ਇਹ ਫਿਲਮ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਈ ਅੱਜ ਵੀ ਅਜਿਹੇ ਬਹੁਤ ਲੋਕ ਨੇ ਜੋ ਸ਼੍ਰੀਦੇਵੀ ਨੂੰ ਯਾਦ ਕਰਦੇ ਨੇ ਅਤੇ ਉਹਨਾਂ ਦੀ ਫਿਲਮਾਂ ਦੇਖਣ ਦੀ ਇੱਛਾ ਜ਼ਾਹਰ ਕਰਦੇ ਨੇ ਪਰ ਅਫਸੋਸ ਦੀ ਗੱਲ ਕਿ ਅੱਜ ਉਹ ਸਾਡੇ ਵਿੱਚ ਨਹੀਂ ਹਨ ਉਹਨਾਂ ਦੀ ਆਤਮਾ ਜਿੱਥੇ ਵੀ ਹੋਵੇ ਖੁਸ਼ ਰਹੇ ਕਿਉਂਕਿ ਤੁਹਾਡੇ ਲਈ ਅਜਿਹੇ ਬਹੁਤ ਲੋਕ ਨੇ ਜੋ ਕਿ ਸ਼੍ਰੀਦੇਵੀ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਅਗਲੀ ਵਾਰ ਗੱਲ ਕਰਾਂਗੇ ਬਾਲੀਵੁੱਡ ਦੀ ਇੱਕ ਹੋਰ ਬੇਦੇਵ ਐਕਟਰੈਸ ਬਿਬੀ ਰੈਟਨ ਨੂੰ
tanta gente, me envió ya. Ese será el primer mandato de la